تے محب واجب نماز نہ پڑھے تے محبت نہیں صرف یہ سُکی تمانی دعوا ہے جناب سننا سجاد مظلوم عزیز بھوری وچ آئیے تسی اپنے کام دھندے چھوڑ کے سفر گھروں خرچ کر کے آ گئے ہو مجرم دی مجلس دی زینت بنے ہو فضائل نال اسی تارے چلائیے نا مومن دا ہاں نہیں بھریندا مومن دا ہاں بھریندا جدا مظلوم دے غم وچ ہائے زندگی گزر گئی میں نہ تکریاں تنیا کھے میں تیرے ویکھو دھیان کرو توجہ کرو قسم دا میں عادی نہیں تے نہ میں زندگی بھر قسم چاہی قسم او چاہندا جڑا چشم دید گواہ ہوے یا جس نو اپنے تے اعتماد نہ ہو چشم دید گواہ تے سی ہاں کوئی ساڈے جو کیڑا کربلا ہا رہ گئی اعتماد میں پڑھتا ہی وہ بوجھاں جڑا کوئی کتاب وچ پڑھدا اپنی طرفوں کوئی من گھڑت ایک لفظ بھی نہیں دعا ہر مجلس وچ منگنا اے اپنے تے واجب سمجھنا کیونکہ پرانا نوکر مظلوم دا کہ جڑے اس دور وچ سن کے روندے ہو میری دعا ہے نے اللہ تانوں اپنے غماں تو معاف تسی آندے ہو ہائے کردے ہو پھر آنسو کتنا سنگ آؤں دا اتنا درد جی واج ساڑی تے یہ نا بندہ پھڑنا رونا ہر بندے اپنے گناہ دھوون واسطے اگرچہ ہن مصیبت بن گئی ہے وڈے پتا بندا ہے جو حال یار ڈھیر پر باویں سچی تے باویں کوڑی تسی روندے اسی رونیا تھن بہانے دی ضرورت ہے کچھ محتاجی ہوندی ہے کوئی وین پڑے کوئی دوڑا پڑے لیکن مولا سجاد انجنا ہے لوکن فرمینا نا من پانی پی ہو جو پیالے چلایا ویا پانی ان ہاتھ تلائے باندھے ہیں کافی دیر پانی گروے دیر ویک ویک کے جس لے ہوٹھانا لگیا پانی چھٹ لگیا پیالہ پیچھا ہٹا کے آدھیان ہائیو میرا تسا بابا پتر پیندہ تا پی آئی تو تا تری دے آڑیاں دا تسا کچھا کتنے روندے آئین سرکار کمزور ہو گئے آیا گناہگار رکھی نال پڑے کھلوتا ہوا نال بدن ہلدا آئی کمزوری آخر ایک دن پنجویں امام نو عرض کرنا پیا بابا کچھ رون گھٹایو بابا کم کمزور ہو گئے پھر میں دیا ہے میرا پتر اکھیاں کو منظر ہٹدا نہیں امام رکدا نہیں بابا میں ایک تجویز سوچی ہے مدد والا رون گھٹ کیڑی میرا پتر بابا بازار میرا پتر بازار کافی تر نکا ہوں تو نال جدا پھوپیاں تے بہن نال کدی اس بازار کدی اس گلی میں بازار نہیں چنگے بت مولا نے تو صحابیاں دی ڈیوٹی لائی ابو محمد تے ابو صالح کہ تسی باری باری نال بابے راندے کولوں کوئی مسئلہ پوچھ دے رہے کرو شرعی مسئلہ کیونکہ بابے جواب تا دیونا
ਜਿਹੜਾ ਲਾਲਾ ਬਾਬਾ ਜਵਾਬ ਦੇਸੀ ਉਹ ਲਾਲਾ ਤੋੜਿਆ ਨਾ ਤੋੜੋ ਮੇਰਾ ਬਾਰਮਾ ਕਾ ਆਪਣੇ ਮੁਹਿੱਬਾਂ ਦਾ ਗਵਾਹ ਬਣੇ ਤੇਰੇ ਦਾਦੇ ਦੇ ਗਮ ਵੀ ਇਸ ਦੌਰ ਚ ਰੋ ਰਹੇ ਇੱਕ ਦਿਹਾੜੇ ਅਬੂ ਮੁਹੰਮਦ ਪੈਰਾਂ ਤੇ ਹੱਥ ਰੱਖੇ ਮਾਲਾ ਇੱਕ ਗੱਲ ਪੁੱਛਣਾ ਚਾਹੁੰਦਾ ਤਿਆਰ ਤਾਂ ਢੇਰ ਨਾ ਦਿਹਾੜਿਆਂ ਦਾ ਹਮ ਤੇ ਬਾਅਦ ਮੌਲਾ ਸ਼ਰਮ ਆਵੈਂਦਾ ਮਤਾ ਮੌਲਾ ਨਰਾਜ਼ ਨਾ ਹੋਵੇ ਫਿਰ ਮੈਨੇ ਨਹੀਂ ਪੁੱਛ ਤੈ ਚੰਗੀ ਕਈ ਪੁੱਛਣੀ ਸਾਡੇ ਮੁਹਿੱਬ ਕੋਈ ਭੈੜੀਆਂ ਗੱਲਾਂ ਪੁੱਛਦੇ ਸੋਚ ਇੱਕ ਠਮ ਕਰਕੇ ਦੇ ਮੌਲਾ ਤੁਹਾਨੂੰ ਢੇਰ ਤਕਲੀਫ ਕੀਤੀ ਕਿਸੇ ਐਕਟਿੰਗ ਬਨਾਵਟ ਦਾ ਨਾਮ ਅਸਾਇਬ ਨਹੀਂ ਹੁੰਦਾ ਮਜ਼ਲੂਮਾਂ ਦੀ ਦਾਸਤਾਨ ਹੁੰਦੀ ਹੈ ਮਜ਼ਲੂਮਾਂ ਨਾਲ ਰੰਗ ਚ ਕੋਈ ਢੇਰ ਤਕਲੀਫ ਮੌਲਾ ਉੱਤਾਂ ਸਿਰ ਚਾਹ ਕੇ ਫਿਰ ਮੈਨੇ ਸ਼ਾਮ 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 ਤ੍ਰੈਵੇਰੀ ਇਮਾਮ ਫਰਮਾਇਆ ਸ਼ਾਮ ਇਸ ਦੁਬਾਰਾ ਪੈਰਾਂ ਤੇ ਚਾਹਤ ਰੱਖੀ ਆਖਿਰ ਨਗਾ ਮੌਲਾ ਤੁਹਾਡਾ ਬਾਬਾ ਤਾਂ ਕਰਬਲਾ ਮਾਰੇ ਮੇਰਾ ਤੁਹਾਡੇ ਕਰਬਲਾ ਮਾਰੇ ਚਾਚੇ ਕਰਬਲਾ ਦੋਸਤ ਮਹਿਮਾਨ ਇਹ ਤਾਂ ਸਾਰੇ ਕਰਬਲਾ ਮਾਰੇ ਮੌਲਾ ਰੋਂਦੇ ਸ਼ਾਮ ਕਿਤਾਬ ਦਾ ਨਾਂ ਲਿਆ ਬਿਲਕੁਲ ਇਸ ਜੋ ਮੈਂ ਪੜ੍ਹਦਾ ਪਿਆ ਹਾਂ ਮੇਰੇ ਕੋਲ ਇਹਨਾਂ ਦੇ ਲਿਖਣ ਵਾਲੇ ਆਕਾਏ ਸਦਰਉਦੀਨ ਕਜ਼ਵੀਨੀ ਬਹੁਤ ਬੜੇ ਮੁਜਤਹਿਦ ਨੇ ਆਪਣੇ ਦੌਰ ਦੇ ਉਹਨਾਂ ਨੇ ਲਿਖੇ ਫਿਰ ਮੈਨੇ ਨਬੂ ਮੁਹੰਮਦ ਮੈਨੂੰ ਸਾਰੀਆਂ ਮਾਤਾਂ ਸਿਰੇ ਭੁੱਲ ਗਈਆਂ ਜਦਾਂ 8 ਘੰਟੇ ਤੋਂ ਬਾਅਦ ਜਲੀਲ ਸਿਰ ਜਾਇਆ ਤੇ ਨਸ਼ੀਲੀਆਂ ਅੱਖੀਆਂ ਵਾਲੀ ਤੂੰ ਮਨੋ ਇਹ ਪਿਆਦਾ ਕਿਤੇ ਗਈ ਹੈ ਬਾਲੀ ਦੀ ਸੁਣ ਮੇਰਾ ਜਿਗਰ ਫਟ ਗਿਆ ਮੈਂ ਆਖਿਆ ਉਹ ਮੇਰਾ ਮਾਲਕ ਤੁਹਾਡੇ ਗੁਣਾ ਮੇਰੀ ਮਜਬੂਰੀ ਹੈ ਮੈਂ ਆਪ ਵੀ ਸਹੀ ਕੱਢਣਾ ਭਾਵੇਂ 1 ਸਕਿੰਟ 2 ਸਕਿੰਟ ਕੱਢਾ ਜੋ ਮੈਥੇ ਉਹ ਅਗਲੀ ਤਾਕਤ ਨਹੀਂ ਤੇ ਮੋਮਿਨ ਨੂੰ ਹੀ ਕੱਢਣਾ ਸਹੀ ਮਸਤੂਐਨ ਵਾਸਤੇ ਫਿਰ ਮੈਂ ਨਾ ਉਹ ਮੁਹੰਮਦ ਦਰਬਾਰ ਯਜ਼ੀਦ ਸੱਤ ਧੋਖਿਆਂ ਪਾਈਆਂ ਜਿਹੜੀਆਂ ਜੁੜਤ ਨਾਲ ਬਰਦਾਸ਼ਤ ਕੀਤੀਆਂ ਮੌਲਾ ਕਿਹੜੀ ਪਰ ਮੈਂ ਨੇ ਪਈ ਦੀ ਕਿਆਮਤ ਚੁਮਾਲ ਮੁਹੰਮਦ ਰਾਹ ਦਰ ਦਰਬਾਰ ਜਲੀਦਾ ਉਰਦਾ ਪੰਜਾਬ ਸ਼ਸ਼ ਮਸਤੂਤ ਦਰਸਨ ਵਾਹਿਦ ਮੁਕੈਯਦਾ ਜਦੋਂ ਦਰਬਾਰ ਚ ਗਿਆ ਮੇਰੀ 56 ਮਸਤੂਰ ਇੱਕ ਰੱਸੀ ਚ ਜਦਲ ਬਿਨ ਕੈਸ ਦੇ ਹੱਥ ਚ ਰੱਸੀ ਆਈ ਕਿਹੜੀ ਕਿਹੜੀ ਗੱਲ ਲੁਕਾਈ ਕਿਹੜੀ ਦੱਸਾਂ ਇਸ ਮਲੌਨ ਦੇ ਹੱਥ ਚ ਰੱਸੀ ਆਈ ਜਜਰ ਬਿਨ ਕੈਸ ਇਹਦੇ ਮੁਤਲਕ ਦਰਕਾਰ ਲਿਖਦੇ ਹਨ ਬਦ ਸੀਰਤ ਬਦ ਸੂਰਤ ਤੇ ਸਾਨੀ ਸ਼ਮਤ ਇਹ ਮੈਂ ਨਾ ਦੱਸਿਆ ਤੇ ਨਾ ਕਦੀ ਸਾਰੀ ਜ਼ਿੰਦਗੀ ਔਖੇ ਪੜੇ ਲਓ ਮੈਂ ਰੱਸੀਆਂ ਕਿਵੇਂ ਬੱਧੀਆਂ ਹੋਈਆਂ ਉਹ ਜਿਹੜੇ ਸਰਕਾਰੀ ਅਲਾਮਾ ਨੇ ਲਫ਼ਜ਼ ਲਿਖੇ ਨਾ ਉਹਨਾਂ ਦਾ ਮੈਂ ਤਰਜਮਾ ਸੁਣਾਇਆ ਕਿ ਰੱਸੀਆਂ ਕਿਵੇਂ ਆਇਆ ਫਿਰ ਮੈਂ ਚੋਂ ਜੱਕ ਨਸ਼ੇ ਪੰਜਾ ਪੰਜ ਨਸ਼ਿਸਤਮ ਵਚੋਂ ਯੱਕ ਬਰਖਾ ਪੰਜਾ ਪੰਜ ਬਰਖਾ ਰੱਸੀਆਂ ਇੰਜ ਵਧੀਆਂ ਹੋਈਆਂ ਇੱਕ ਨੂੰ ਬਾਣਾ ਪਵਿਆ ਤਾਂ 55 ਨੂੰ ਇੱਕ ਨੂੰ ਉੱਠੀ ਹੋਣਾ ਪਵਿਆ ਤਾਂ 55 ਨੂੰ ਉੱਠੀ ਹੋਣਾ ਪਵਿਆ ਮੇਰਾ ਬਾਲ ਮਾਕਾ ਆਪਣੇ ਮੁਹਿੱਬਾਂ ਦਾ ਗਵਾਹ ਦੂਰ ਕਿਆਮਤ ਪਰ ਮੈਨੇ ਜੁਮਾਲ ਮੁਹੰਮਦ ਦਰ ਦਰਬਾਰ ਯਜ਼ੀਦ ਉਰਦਨ ਦੁੱਖ ਤਾਰੇ ਯਜ਼ੀਦ ਪਰ ਕੋਦ ਯਜ਼ੀਦ ਨਸ਼ਿਸ ਜਦਾਂ ਦਰਬਾਰ ਚ ਗਿਆ ਯਜ਼ੀਦ ਦੀ ਧੀ ਪਿਓ ਦੀ ਝੋਲੀ ਚ ਬੈਠੀ
چار سال دی بچی ریشمی لباس پا کے اور نچدے کھڑے ہیں کمینے تے ڈھول پہ وگدے ہیں تے پینٹ باجے کہ خوش بیٹھی ہوندی ہے اے پتہ کوئی نہیں کون مری ہوئی ہے کیوں مری ہوئی ہے بس میرے ابو نوں فتح ہوئی بس بیٹھی ہے کافی دیر تو بعد اُدو نظراں پر تائیاں سے جو نظر کرد بر دختر حسین یدی نظر حسین دی دھیتے پائے گئی بس ود بیٹھی رہی ود نظراں نے سٹائیاں کافی دیر بیٹھی رہی خیر کوئی نہیں اب بزرگ بیٹھے ہیں تو پھر یہ بڑی قیمتی گئی شاید ہوں گی رون سوکھا نہیں ہوں گا مرد دنگا سوٹیاں نال نہیں رون دے مرد نہ تو ٹینک لگ ونجن تا نہیں رون دے مرد اس لے رون دا جدا جگر ایک چھیس ہو اے میری قوم دے سونے سونے قبرو اے امیر مزاج اے دریاں تے سارا دیوں رون دے ذاکر اگا یہ نہ پوچھ پہ پڑے انہاں دے ذہن وچ کو لفظ پھرتا رہندا ہے کہ جس مزدور دا چہرہ پیو ہی رچ کے نہ او بے غیرتاں دے مجمع وچ گئی کیویں ہو سی جناں سائیں دی دھی جٹھی سی بس ود دے دی ائی چٹ کی بج گئی کافی دے ویکھن تو بعد پیو دا چھکیا ہاتھ نو چھکیا دی آوت ਲਾਗੀ ਬੇ ਸਗੀਰਾ ਤੇ ਅਸ਼ੀਰਾ ਬਾਬਾ ਮੈਂ ਕੀ ਕਹਿ ਦੇਣ ਨੂੰ ਮਿਲਣਾ ਚਾਹਨੀ ਹਾਂ ਲਈ ਨਾ ਗਾਇਓ ਕਹਿ ਦੇਣੇ ਤੂੰ ਸਰਦਾ ਦੀ ਪਿਓ ਨੂੰ ਵੇਖਿਆ ਦੀ ਭਾਵੇਂ ਮੈਨੂੰ ਕਦਰ ਚੱਕਾ ਤਾਈ ਮੈਂ ਮਿਲਸਾ ਮੈਨੂੰ ਪਿਆਰੀ ਪਈ ਲੱਗਦੀ ਬਾਬਾ ਇਹਦੀ ਭੋਲੀ ਜਈ ਸ਼ਕਾ ਦੇ ਇਹਦਾ ਕੰਨਾ ਨਾਲ ਖੂਨ ਚੰਗਦਾ ਹੋਏ ਕਿਹਦਿਆ ਬਾਬਾ ਨੂੰ ਮਾਰਨਾ ਤਾਂ ਕਈ ਮਜ਼ਾ ਵਿੱਚ ਜਾਇਜ਼ ਨਹੀਂ ایک سیکنڈ پھر میں ایسا ہی کر رہی تسی بھی کر لو جدو مجبور کی تب نہ بچی ہن ملعون مجبور ہو ادا چھپی جد کرنی وہاں اسے نکی نو مل رہے ہیں کس سے وٹی کر دیں دل نہ ونجی ادیا میں مل رہی ہوں اسے نو ہے شریف آوے لتی تب سجی نگرانی کھپے نگرانی اپنے ذہن نو غیرت مند کام دیکھو کہیں ہو جیا وقت ہو سی جدا ایک کنیز دی دھی تاخت اللہ دی پئی ہو سی تے کائنات دیاں سزا دیاں ویل دیاں پئی ہو سی نظر دل آیا چین دا مون اٹھا معصومہ نے مون اٹھے چکی اے اتنو ویکھن لگی اے معصومہ نے مون اٹھے چکی جدا تو میری سین مون نہیں ویکھن دی اپنی توہین سمجھی سہن دے چولے تے ہاتھ رکھ کے آدی انت دن تو رئیس اندر ہو کے بھلا اندر ہونی تو کیڑے رئیس دی دھیے میں تیرا منہ وینیا میں نو ویکھن نہ ہوندیں دی سہن دی میں اس رئیس دی دھیا جے دے کپڑے جنت وچ میں اس رئیس دی دھیا جے دا مارا محمد بنیا جے دے کپڑے بسم اللہ دو بین باقی بس مولا قبول فرمیسی تو سے قبول فرمیسو مولا بانی دی زندگی کرے بچیاں دے نال دو بین باقی ہیں ہن اندر او شاہانہ روب مک گیا جس دل سین فرمایا جو میں اس دی دھیاں جے دے کپڑے جنت چوں آئے ہن دو رنگ اختیار کیتا سی پیارا لے جا اصلیت سبیرا اصالو کے تجھی بولی ہاں نکی کہہ دیں میں کئی گل پوچھا میں جواب دے سو اے گلا روئے دی ان کام دی من سین دا جواب سنو میری سین فرمائی دی او جی بولا کہ نانو او سارا ہاں جواب دے سا اسی کئی دی بولیو آدھی میں تن دھیر دوے کھر لگیاں لما تکونی و تکولی تو کہیں اے دے پتاں دے بھار اچیاں نہیں کہیں اے دے سدھیاں ان کیوں کریں سہنا دے ہی پالو نا شدیدوں
ਬੱਕਾ ਦੁਆ ਮੈਂ ਮੇਨਾ ਕਬੀਰ ਚਾੜੀਆਂ ਰਸੀਆਂ ਕਾਂਗੇਂ ਤੇ ਮੇਰੀਆਂ ਭੁਖੀਆਂ ਦੇ ਕਾਦੋ ਉੱਚੇ ਮੇਰਾ ਕੰਨ ਜਿੱਕਾ ਐ ਸਿੱਧੀਆਂ ਤੇ ਮੇਰਾ ਗੱਲਾ ਘੁੱਟੀ ਦਾ ਔਰ ਆਖਰੀ ਬਾਤ ਹੁਣ ਅੰਦਰ ਆ ਗਿਆ ਸੀ ਬਚਪਨ ਜਿਵੇਂ ਬੱਚੇ ਉਹ ਦਿਨ ਦੇਖਣ ਦਾ ਦਿਨ ਦਿਨ ਮੇਰੀ ਅੰਮੀ ਆਇਸ਼ਾ ਆਉਂਦੀ ਮੇਰੇ ਅੱਬੂ ਆਇਸ਼ਾ ਆਉਂਦਾ ਇਸ ਲਾਈ ਹੋਈ ਆਈ ਹੱਥਾਂ ਤੇ ਮਹਿੰਦੀ ਯਜ਼ੀਦ ਦੀ ਧੀ ਹੁਣ ਇਹ ਵੀ ਚੌਂ ਸਾਲਾਂ ਦੀ ਬੱਚੀ ਮਾਸੂਮਾ ਵੀ ਚੌਂ ਸਾਲਾਂ ਦੀ ਇਸ ਮਹਿੰਦੀ ਵਾਲੇ ਸੈਨ ਦੇ ਹੱਥ ਕੀਤੇ ਦੋ ਦਸਤਾਂ ਪਰ ਹਿਨਾ ਵੀ ਦੁਪਤਰੇ ਵਾਏ ਨਿੱਕੀ ਕਹਿੰਦੇ ਡਿੱਟਾ ਹੀ ਮੇਰੇ ਹੱਥਾਂ ਤੇ ਮਹਿੰਦੀ ਤੇਰੇ ਕਿਹੜੇ ਸੋਹਣਿਆ ਫਿਰ ਤੋਂ ਹੀ ਲਾਇਆ ਚੈਣਾ ਦੀ ਦੋ ਦਸਤਾਂ ਕੋਲ ਖਦਾ ਮਮ ਦੁਪਤਰੇ ਵੇਲਾ ਮੈਂ ਪਿਓ ਦੀ ਰਤ ਨਾਲ ਮਹਿੰਦੀ ਅੱਲਾ ਮੈਂ ਵਿਰਾਵਾਂ ਦੀ ਰਤ ਨਾਲ ਮਹਿੰਦੀ ਅੱਲਾ ਸਾਨੂੰ ਮੌਕੇ ਹੀ ਨਹੀਂ ਮਿਲੇ ਆਖਰੀ ਲਫ਼ਜ਼ ਇਸ ਤੇ ਜਿਹੜੇ ਨਾ ਉਹ ਸ਼ੀਆ ਕਾਂ ਨੂੰ ਭੁੱਲਣ ਅਬਰ ਇਤਾ ਭੁੱਲਣ ਤੇ ਵਕਤਾ ਭੁੱਲਿਆ ਸੀ ਜੀਂਦਿਆ ਨਹੀਂ ਭੁੱਲਣਾ ਇਸ ਪਾਇਓ ਐਨ ਕੰਨਾਂ ਦੇ ਯਮਨ ਦੌਰ ਉਸ ਦੁਰਾਂ ਤੇ ਹੱਥ ਰੱਖਿਆ ਸੀ ਤੇ ਉਹਨੂੰ ਸਹਿਣ ਦੇ ਦਿੱਤੇ ਦੁਰੇ ਦਰਗੋਸ਼ ਮਨ ਯਮਨੀ ਦੁਦੀ ਦਾ ਨਿੱਕੀ ਕਹਿੰਦੇ ਡਿੱਟੇ ਹੀ ਮੇਰਿਆਂ ਕੰਨਾਂ ਹੀ ਯਮਨੀ ਦੁਰ ਸੋਹਣੇ ਪੈ ਲੱਗਦੇ ਹਨ ਪਿਓ ਨੂੰ ਆਖਿਆ ਤੈਨੂੰ ਵੀ ਬਣਵਾ ਦੇ ਉਸ ਵੇਲੇ ਮੇਰੀ ਸੈਣ ਨੇ ਰੱਸੀ ਇੱਕ ਕਰਦਨ ਫਮਾਈ ਤੇ ਤਖ ਦੇ ਤਲੇ ਪਿਆਸੂ ਪਿਓ ਦੱਸਾਂ ਦੁਰੇ ਕਿਆ ਦੀ ਦੁਰੇ ਦਾਦਾ ਅਵਮ ਯਮਲ ਆਈਦਾ ਜਿਹੜੇ ਦੁਰ ਤੂੰ ਪਾਈ ਖੜੀ ਹੈ ਮੈਨੂੰ ਬਾਬੇ ਈਦਲ ਦੇ ਆੜੇ ਤੇ ਜ਼ੁਬਰਾ ਨੂੰ ਮਿਲੀ ਆਈ ਹੈ ਤੇ ਮੈਨੂੰ ਮਿਲੀ ਆਈ ਬੱਚੀ ਕਹਿ ਦੇਣਾ ਦੀ ਮੈਨੂੰ ਬਾਬੇ ਈਦਲ ਸੈਣਾ ਦੀ ਉਸ ਲਈ ਤੂੰ ਨਾ ਪੁੱਛ ਇਹਨਾਂ ਨੂੰ ਲਾ ਦੇ ਤਲੀ ਦੇ ਰੱਖ ਤੇ ਗੌਰ ਨਾਲ ਵੇਖ ਜਨਾਨ ਰਾਤ ਲੱਗੀ ਹੋਈ ਏ ਇਹਨੇ ਗਰੀਬ ਦੇਣ ਜਿਹੜੇ ਸ਼ਾਮੇ ਗਰੀਬਾਂ ਗੁਲਾਮ ਬਣਾ ਇਹ ਲੱਥੇ ਨੇ ਜ਼ਹਰਾ ਦਾ ਦੁੱਧ ਔਰ ਅਗਰ ਇਹ ਅਗਲਾ ਲਫ਼ਜ਼ ਮੈਂ ਨਾ ਪੜਾਂ ਤਾਂ ਫਕੀਰ ਬਣਦਾ ਹੁਣ ਸਾਰੀਆਂ ਗੱਲਾਂ ਭੁੱਲ ਗਈਆਂ ਅੰਦਰ ਆ ਗਈ ਇਸ ਮਾਂ ਦੀ ਮੁਹੱਬਤ ਤਕਾਜ਼ਾ ਬੇਵੱਸ ਹੋ ਕੇ ਸਹਿਣ ਦੇ ਗੱਲ ਬਣ ਗਈ ਕਹਿੰਦੇ ਤੂੰ ਮੈਨੂੰ ਬਹੁਤ ਪਿਆਰੀ ਪਈ ਲੱਗਣੀ ਤੂੰ ਮੇਰੀ ਸਹੇਲੀ ਬਣ ਮੈਂ ਤੇਰੀ ਕੈਦ ਅੱਬੂ ਨੂੰ ਆ ਕੇ ਛੁੜਵਾਈਨੀ ਆ ਤੂੰ ਮੇਰੇ ਨਾਲ ਮਹੱਲੇ ਚ ਜੁੜ ਜਿੱਥੇ ਤੂੰ ਨਾਵੇਂ ਰੁਸਰ ਕਰੇ ਤੇ ਮੇਰੇ ਸੋਹਣੇ ਸੋਹਣੇ ਕੱਪੜੇ ਜਿਹੜਾ ਤੈਨੂੰ ਪਸੰਦ ਆਵੇ ਨਾ ਉਹ ਪਾ ਲੈ ਸੈਣ ਦੀ ਕਨੀਜ਼ਾਂ ਦੇ ਕੱਪੜੇ ਪਾਵਣੇ ਸਾਡੀ ਤੋਂ ਕਨੀਜ਼ਾਂ ਕਨੀਜ਼ਾਂ ਅਸੀਂ ਤਾਂ ਬੜੀਆਂ ਕਨੀਜ਼ਾਂ ਸੈਣ ਆਦੀ ਤੂੰ ਹਿੰਦਾਂ ਦੀ ਧੀ ਨੂੰ ਆਪਣੀ ਮਾਂ ਦਾ ਨਾਂ ਸੁਣ ਕੇ ਆਦੀ ਮੈਂ ਹਿੰਦਾਂ ਦੀ ਧੀਆਂ ਤੇ ਅੱਲਾ ਦੇ ਨਾਂ ਤੇ ਦੱਸ ਤੂੰ ਕਹਿੰਦੀ ਸੈਣ ਆਦੀ ਮੈਂ ਹੁਸੈਨ ਦੀ ਧੀਆਂ ਮੇਰੀ ਮਾਂ ਦੇ ਮੁਰਸ਼ਦਾਂ ਮਰਾ ਛੋੜੀਆਂ ਨਾਲ ਬੈਠੀਆਂ ਆਈਆਂ ਅੰਦਰ ਮਹੱਲ ਚ ਹਿੰਦਾ ਸਿਹਰੇ ਬੈਠੀ ਪੈਂਦੀ ਹੈ ਮਾਂ ਦੀ ਛੋਲੀ ਸਿਰ ਰੱਖ ਕੇ ਡਾਂਟ ਸ਼ੁਰੂ ਕਰ ਦਿੱਤੀ ਹਿੰਦਾ ਨੌਕਰਾਣੀਆਂ ਨੂੰ ਆਦੀ ਕਿਉਂ ਆ ਸ਼ਹਿਜ਼ਾਦੀ ਆਦੀ ਬੀਬੀ ਉਹ ਨਿੱਕੀ ਕਹਿੰਦੇ ਨਾਲ ਕਈ ਗੱਲ ਕੀਤੀ ਅੱਲਾ ਜਾਣੇ ਉਸ ਕੇ ਆਖਿਆ ਇਹ ਵੀ ਰੋਂਦੀ ਆਈ ਅਸੀਂ ਭਜਦੀਆਂ ਨੂੰ ਔਖਾ ਦੀ ਦਾ ਫਿਰ ਚਾਇਆ ਆਪਣੇ ਦੁਪੱਟੇ ਨਾਲ ਧੀ ਦੀਆਂ ਅੰਜੂ ਪੁੱਛ ਮੈਨੂੰ ਤੇਰੇ ਮੁਰਸ਼ਦ ਦਾ ਨਾਂ ਕੀ ਆਦੀਏ ਹੁਸੈਨ ਤੈਨੂੰ ਕੁਰਾਨ ਕਹਿ ਪੜਾਇਆ ਆਦੀਏ ਜ਼ੈਨਬ ਕਲਜ਼ੂਮ ਬਾਬੀ ਕੋਈ ਨੂੰ ਮਾਰ ਅਜੀਬ ਦੀਆਂ ਧੀਆਂ ਕਹਿ
ਸਾਹਿਬ ਦਾ ਕਰੀਮ ਪਿਆਰੇ ਬਸਾਹਿਬ ਦਾ ਜਨਮ ਕਬਰ ਇੱਕ ਸੰਗਤ ਦਾ ਕਰੀਮ ਪਿਆਰੇ ਬਸਾਹਿਬ ਦਾ